ਆਓ ਜੀ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਮਾਸਟਰ ਕਲਾਸ ਪਟਿਆਲਾ ਦੇ ਮਾਈ ਰਾਜੇ। ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਸ਼ਾਰਟ ਵੀਡੀਓ ਲੈ ਕੇ ਆ ਰਿਹਾ, ਜਿਹਦੇ 'ਚ ਮੇਰਾ ਮਕਸਦ ਇਹ ਰਹੇਗਾ ਮੈਂ ਤੁਹਾਨੂੰ ਦੱਸਾਂ ਕਿ ਇੰਡੀਅਨ ਇਕੋਨਮੀ ਦੀਆਂ ਬੈਸਟ ਬੁੱਕਸ ਕਿਹੜੀਆਂ ਕਿਹੜੀਆਂ ਨੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਸਿਵਲ ਸਰਵਿਸਿਜ਼ ਦੀ, ਯਾਨੀ ਕਿ IAS ਅਤੇ PCS ਦੀਆਂ। ਰਾਜੇ ਬਹੁਤ ਸਾਰੇ ਬੱਚੇ ਪੁੱਛਦੇ ਆ, ਔਰ ਬਹੁਤ ਸਾਰੇ ਬੱਚੇ ਉਹ ਜਿਹੜੇ ਕਿਸੇ ਕੋਚਿੰਗ ਇੰਸਟੀਟਿਊਟ ਨਾਲ ਨਹੀਂ ਜੁੜੇ ਹੋਏ, ਜਿਹੜੇ ਤਿਆਰੀ ਕਰ ਰਹੇ ਨੇ ਬਿਲਕੁਲ ਘਰ ਖੁਦ ਬੈਠ ਕੇ, ਯਾਨੀ ਕਿ ਸੈਲਫ ਸਟੱਡੀ ਕਰ ਰਹੇ ਨੇ, ਉਹ ਹਮੇਸ਼ਾ ਕਨਫਿਊਜ਼ ਹੁੰਦੇ ਨੇ ਕਿ ਸਰ ਇੰਡੀਅਨ ਇਕੋਨਮੀ ਲਈ ਸਭ ਤੋਂ ਵਧੀਆ ਕਿਹੜੀ ਕਿਤਾਬ ਹੈ, ਕਿਹੜੀ ਕਿਤਾਬ ਵਿੱਚ ਸਾਡੀ ਪ੍ਰੀ ਦੀ ਤਿਆਰੀ ਕਵਰ ਹੋ ਜਾਏਗੀ, ਕਿਹੜੀ ਕਿਤਾਬ ਵਿੱਚ ਸਾਡੀ ਮੇਨਸ ਦੇ ਐਂਗਲ ਤੋਂ ਤਿਆਰੀ ਮੁਕੰਮਲ ਹੋ ਜਾਏਗੀ। ਆਓ ਰਾਜੇ ਆਪਾਂ ਡਿਫਰੈਂਟ ਡਿਫਰੈਂਟ ਬੁੱਕ ਬਾਰੇ ਗੱਲ ਕਰਾਂਗੇ, ਔਰ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਸਭ ਬੈਸਟ ਬੁੱਕ ਹੈ IAS PCS ਦੀ ਤਿਆਰੀ ਨੂੰ ਮੁਕੰਮਲ ਕਰਨ ਲਈ, ਸਪੈਸ਼ਲੀ ਜਿਹੜੇ ਬੱਚੇ ਸੈਲਫ ਸਟੱਡੀ। ਰਾਜੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ, ਇਹ ਸਾਰੀਆਂ ਉਹ ਬੁੱਕਸ ਨੇ ਮੇਰੇ ਪਿੱਛੇ ਜਿਹੜੀ ਤੁਸੀਂ ਦੇਖ ਪਾ ਰਹੇ ਹੋ, ਜਿਹੜੀਆਂ ਪੂਰੀਆਂ ਬਹੁਤ ਫੇਮਸ ਨੇ ਮਾਰਕੀਟ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਮੇਸ਼ ਸਿੰਘ ਦੀ ਕਿਤਾਬ ਦੀ। ਰਾਜੇ ਬਹੁਤ ਹੀ ਵਧੀਆ ਕਿਤਾਬ ਹੈ, ਮਿਸਟਰ ਰਮੇਸ਼ ਸਿੰਘ ਖੁਦ ਦਿੱਲੀ ਸਕੂਲ ਆਫ ਇਕਨੋਮਿਕਸ ਦੇ ਐਲੂਮਨਸ ਨੇ, ਬਹੁਤ ਵਧੀਆ ਔਥਰ ਨੇ, ਬਹੁਤ ਸਾਰੀਆਂ ਕਿਤਾਬਾਂ ਲਿਖਦੇ ਨੇ, ਔਰ ਇਹਨਾਂ ਦੀ ਕਿਤਾਬ ਬਾਰੇ ਬਹੁਤ ਮਸ਼ਹੂਰ ਹੈ ਕਿ ਅਗਰ ਕਿਸੇ ਬੱਚੇ ਕੋਲ ਖੁੱਲ੍ਹਾ ਟਾਈਮ ਹੈ, ਹੀ ਔਰ ਸ਼ੀ ਹੈ ਸਫੀਸ਼ੀਐਂਟ ਟਾਈਮ, ਤਾਂ ਉਹ ਇਕਨੋਮੀ ਦੇ ਕੌਨਸੈਪਟਸ ਨੂੰ ਬਹੁਤ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦਾ ਹੈ, ਰਮੇਸ਼ ਸਿੰਘ ਦੀ ਕਿਤਾਬ। ਅਤੇ ਜੇ ਦੂਸਰੇ ਨੰਬਰ 'ਤੇ ਗੱਲ ਕਰਦੇ ਹਾਂ, ਇੱਕ ਬਹੁਤ ਫੇਮਸ ਔਥਰ ਨੇ ਮਿਸਟਰ ਸੰਜੀਵ ਵਰਮਾ, ਇਹਨਾਂ ਦੀ ਵੀ ਕਿਤਾਬ ਆਉਂਦੀ ਹੈ ਦ ਇੰਡੀਅਨ ਇਕੋਨਮੀ ਦੀ। ਔਰ ਇਸ ਦੇ ਓਪੋਜ਼ਿਟ ਅਗਰ ਮੈਂ ਕਹਾਂ ਕਿ ਅਗਰ ਕਿਸੇ ਬੱਚੇ ਕੋਲ ਥੋੜ੍ਹਾ ਘੱਟ ਟਾਈਮ ਹੈ, ਥੋੜ੍ਹਾ ਟਾਈਮ ਕਰਕਸ ਹੈਗਾ, ਔਰ ਉਹ ਸ਼ਾਰਟ ਦੇ ਵਿੱਚ ਆਪਣੀ ਵਧੀਆ ਤਿਆਰੀ ਕਰਨਾ ਚਾਹੁੰਦਾ ਹੈ, ਉਹ ਨੋਟਸ ਦੇ ਰੂਪ ਵਿੱਚ ਕੋਈ ਕਿਤਾਬ ਚਾਹੁੰਦਾ ਹੈ, ਤਾਂ ਜੇ ਮਿਸਟਰ ਸੰਜੀਵ ਵਰਮਾ ਦੀ ਦ ਇੰਡੀਅਨ ਇਕੋਨਮੀ ਦੀ ਬਹੁਤ ਵਧੀਆ ਕਿਤਾਬ ਹੈ, ਬਹੁਤ ਹੀ ਫੇਮਸ। ਜੇ ਨੈਕਸਟ ਗੱਲ ਕਰਦੇ ਹਾਂ ਮਿਸਟਰ ਨਿਤਿਨ ਸਿੰਘਾਨੀਆ, ਮਿਸਟਰ ਨਿਤਿਨ ਸਿੰਘਾਨੀਆ ਦੀ ਵੀ ਕਿਤਾਬ ਬਹੁਤ ਜ਼ਿਆਦਾ ਫੇਮਸ ਹੈ ਮਾਰਕੀਟ ਦੇ ਵਿੱਚ ਇੰਡੀਅਨ ਇਕੋਨਮੀ ਦੀ। ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਮਿਸਟਰ ਨਿਤਿਨ ਸਿੰਘਾਨੀਆ ਖੁਦ ਇੱਕ IAS ਆਫਿਸਰ ਨੇ 2013 ਬੈਚ ਦੇ, ਔਰ ਇਹ ਤਾਲੁਕਾਤ ਰੱਖਦੇ ਨੇ ਕੋਲਕਾਤਾ ਪ੍ਰੈਸੀਡੈਂਸੀ ਕਾਲਜ ਤੋਂ। ਔਰ ਮੈਂ ਤੁਹਾਨੂੰ ਯਾਦ ਦਵਾ ਦੇਣਾ ਚਾਹੁੰਦਾ ਕਿ ਸਾਡੇ ਦੇਸ਼ ਦੇ ਫਾਦਰ ਆਫ ਸਟੈਟਿਸਟਿਕਸ ਯਾਨੀ ਕਿ PC ਮਹਲਬੋਲਿਸ ਵੀ ਇੱਥੋਂ ਪੜ੍ਹੇ ਨੇ, ਪ੍ਰੈਸੀਡੈਂਸੀ ਕਾਲਜ ਕੋਲਕਾਤਾ ਤੋਂ ਪੜ੍ਹੇ ਨੇ, ਉੱਥੋਂ ਹੀ ISI ਦਾ ਜਨਮ ਹੋਇਆ ਸੀ, ਯਾਨੀ ਕਿ ਇੰਡੀਅਨ ਸਟੈਟਿਸਟੀਕਲ ਇੰਸਟੀਟਿਊਟ ਦਾ ਜਨਮ ਹੋਇਆ ਸੀ, ਉੱਥੋਂ ਦੀ ਹੀ PC ਮਹਲਬੋਲਿਸ ਹੀ ਪਹਿਲੇ ਵਿਅਕਤੀ ਹੋਏ ਨੇ ਜਿਨ੍ਹਾਂ ਨੇ ਆਜ਼ਾਦ ਭਾਰਤ ਦੀ ਪਹਿਲੀ ਵਾਰ ਰਾਸ਼ਟਰੀ ਆਮਦਨ ਗਣਨਾ ਯਾਨੀ ਕਿ ਨੈਸ਼ਨਲ ਇਨਕਮ ਕਾਊਂਟਿੰਗ ਦੇ ਵਿੱਚ ਮਦਦ ਕੀਤੀ, ਪਾਇਆ ਨੈਸ਼ਨਲ ਇਨਕਮ, ਸਾਡੇ ਦੇਸ਼ ਦੀ ਪਹਿਲੀ ਨੈਸ਼ਨਲ ਇਨਕਮ ਕਮੇਟੀ ਦੇ ਚੇਅਰਮੈਨ ਯਾਨੀ ਕਿ ਹੈੱਡ ਰਹੇ ਸੀ ਉਹ, ਉਸ ਕਾਲਜ ਤੋਂ ਤਾਲੁਕਾਤ ਰੱਖਦੇ ਨੇ ਮਿਸਟਰ ਨਿਤਿਨ ਸਿੰਘਾਨੀਆ। ਔਰ ਇਹਨਾਂ ਦੀ ਵੀ ਬਹੁਤ ਵਧੀਆ ਕਿਤਾਬ ਮੰਨੀ ਜਾਂਦੀ ਹੈ, ਅਗਰ ਕੋਈ ਬੱਚਾ ਕਹੇ ਕਿ ਸਰ ਇੱਕ ਸਟਰਕਚਰਡ ਕਿਤਾਬ ਚਾਹੀਦੀ, ਇੱਕ ਐਸੀ ਕਿਤਾਬ ਚਾਹੀਦੀ ਹੈ ਜਿਹਦੇ ਵਿੱਚ ਸਿਲੇਬਸ ਬਹੁਤ ਹੀ ਜ਼ਿਆਦਾ ਫਲੋ ਦੇ ਵਿੱਚ ਹੋਵੇ, ਤਾਂ ਰਾਜੇ ਨਿਤਿਨ ਸਿੰਘਾਨੀਆ ਦੀ ਕਿਤਾਬ ਬਹੁਤ ਵਧੀਆ ਕਿਤਾਬ ਹੈ। ਔਰ ਉਸ ਤੋਂ ਬਾਅਦ ਅਗਰ ਤੁਸੀਂ ਕਹੋ ਕਿ ਸਰ ਇਹ ਸਾਰੀਆਂ ਬੁੱਕਸ ਦੇ ਵਿੱਚ ਕਿਤੇ NCERT ਦਾ ਨਾਮ ਨਹੀਂ ਆਇਆ, ਤਾਂ ਰਾਜੇ ਬਿਲਕੁਲ ਇਹ ਸਾਰੀਆਂ NCERT ਕਿਤਾਬਾਂ ਨੇ, 6 ਬੁੱਕਸ ਨੇ ਜਿਹੜੀਆਂ 9th ਕਲਾਸ ਤੋਂ ਲੈ ਕੇ 12th ਕਲਾਸ ਤੱਕ ਆਪਾਂ ਨੂੰ ਇਕੋਨਮੀ ਦੇ ਵਿੱਚ ਹੈਲਪ ਕਰਦੀਆਂ ਨੇ। NCERT ਹਮੇਸ਼ਾ ਇੱਕ UPSC ਜਾਂ PPSC ਯਾਨੀ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਇੱਕ ਪ੍ਰਿੰਸੀਪਲ ਰੋਲ ਮਾਡਲ ਬੁੱਕਸ ਰਹਿੰਦੀਆਂ ਨੇ, ਆਈਡੀਅਲ ਬੁੱਕਸ ਰਹਿੰਦੀਆਂ ਨੇ, ਕਿਉਂਕਿ NCERT ਤੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੇ ਤਿਆਰੀ ਦਾ ਦਾਇਰਾ ਕੀ ਹੈ, ਆਪਣੇ ਸਿਲੇਬਸ ਦਾ ਦਾਇਰਾ ਕੀ ਹੈ। ਤੋ ਰਾਜੇ NCERT ਕਿਤਾਬ ਵੀ ਬਹੁਤ ਵਧੀਆ ਕਿਤਾਬਾਂ ਨੇ, ਆਪਾਂ ਬਿਲਕੁਲ ਮਿਸ ਨਹੀਂ ਕਰ ਸਕਦੇ NCERT ਦੀ ਕਿਤਾਬਾਂ ਨੂੰ। ਤਾਂ ਇਹ ਸਾਰੀਆਂ ਹੀ ਕਿਤਾਬਾਂ ਕਿਸੇ ਨਾ ਕਿਸੇ ਰੂਪ 'ਚ, ਕਿਸੇ ਨਾ ਕਿਸੇ ਮੌਕੇ 'ਤੇ ਆਪਾਂ ਨੂੰ ਬਹੁਤ ਮਦਦ ਕਰਦੀਆਂ ਨੇ, ਕੋਈ ਪ੍ਰੀ ਦੇ ਐਂਗਲ ਤੋਂ, ਕੋਈ ਮੇਨਸ ਦੇ ਐਂਗਲ ਤੋਂ, ਕੋਈ ਸਟਰਕਚਰਡ ਤਿਆਰੀ ਦੇ ਐਂਗਲ ਤੋਂ, ਕੋਈ ਡਿਟੇਲਡ ਕੰਪਰੀਹੈਂਸਿਵ ਸਿਲੇਬਸ ਦੇ ਰੂਪ ਵਿੱਚ, ਕੋਈ ਇੱਕ ਸ਼ਾਰਟ ਨੋਟਸ ਦੇ ਰੂਪ ਵਿੱਚ, ਸਾਰੀਆਂ ਹੀ ਕਿਤਾਬਾਂ ਆਪਣੇ ਆਪਣੀ ਜਗ੍ਹਾ 'ਤੇ, ਆਪਣੇ ਆਪਣੇ ਲੈਵਲ 'ਤੇ ਬਹੁਤ ਵਧੀਆ ਨੇ, ਸਾਰੇ ਹੀ ਔਥਰ ਬਹੁਤ ਵਧੀਆ ਤਰੀਕੇ ਨਾਲ
ਇਸ ਕਿਤਾਬਾਂ ਨੂੰ ਪਬਲਿਸ਼ ਕਰਦੇ ਨੇ। ਲੇਕਿਨ ਰਾਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਕਨਫਿਊਜ਼ਡ ਹੋ ਕਿ ਕਿਹੜੀ ਕਿਤਾਬ ਇੱਕ ਪੜ੍ਹ ਲਈਏ ਜਿਹਦੇ 'ਚ ਸਾਰਾ ਸਿਲੇਬਸ ਕਵਰ ਹੋ ਜਾਏ, ਜਿਹਦੇ 'ਚ ਸਾਨੂੰ ਦੂਸਰੀ ਕੋਈ ਕਿਤਾਬ ਦੇਖਣ ਦੀ ਲੋੜ ਨਾ ਪਵੇ, ਤਾਂ ਰਾਜੇ ਮੈਂ ਤੁਹਾਨੂੰ ਇੱਕ ਕਿਤਾਬ ਤਾਂ ਨਹੀਂ ਦੱਸ ਸਕਦਾ, ਹਾਂ ਲੇਕਿਨ ਮੇਰੇ ਕੋਲ ਤੁਹਾਡੇ ਲਈ ਇੱਕ ਵਨ ਸਟੋਪ ਸੋਲਿਊਸ਼ਨ ਜ਼ਰੂਰ ਹੈ। ਰਾਜੇ ਅਸੀਂ ਆਪਣੇ ਪਲੈਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ ਇੱਕ ISPCS ਦਾ ਬੈਚ ਰਨ ਕਰ ਰਹੇ ਹਾਂ, ਈਵਨਿੰਗ ਬੈਚ, ਜਿਹਦੇ ਵਿੱਚ ਅਸੀਂ ਬਹੁਤ ਹੀ ਮੁਕੰਮਲ ਤਰੀਕੇ ਨਾਲ ISPCS ਦੀ ਤਿਆਰੀ ਕਰਾ ਰਹੇ ਹਾਂ, ਜਿਹਦੇ ਵਿੱਚ ਸਾਡੀ ਜਿਹੜੀ ਕੰਟੈਂਟ ਹੈ, ਸਾਡਾ ਜਿਹੜਾ ਸਟੱਡੀ ਮਟੀਰੀਅਲ ਹੈ, ਉਹ ਸਾਰਾ ਹੀ ਬਾਇਲਿੰਗੁਅਲ ਹੈ। ਭਾਵੇਂ ਸਾਡੇ ਰਿਟਨ ਨੋਟਸ ਦੇਖ ਲਓਗੇ, ਹੈਂਡਆਊਟਸ ਦੇਖ ਲਓਗੇ, ਉਹ ਵੀ ਅਸੀਂ ਬਾਇਲਿੰਗੁਅਲ ਤਰੀਕੇ ਨਾਲ ਪੇਸ਼ ਕਰਦੇ ਹਾਂ, ਯਾਨੀ ਕਿ ਇੰਗਲਿਸ਼ ਪਲੱਸ ਪੰਜਾਬੀ 'ਚ। ਅਗਰ ਤੁਸੀਂ ਸਾਡੇ ਵੀਡੀਓ ਲੈਕਚਰਸ ਦੇਖੋਗੇ, ਸਾਡੇ ਸਾਨੂੰ ਸੁਣੋਗੇ, ਤਾਂ ਵੀ ਸਾਡੇ ਜਿਹੜੇ ਸਾਰੀ ਲੈਕਚਰਸ ਹੋਣਗੇ ਦੈਟ ਇਜ਼ ਆਲਸੋ ਇਨ ਬਾਇਲਿੰਗੁਅਲ, ਯਾਨੀ ਕਿ ਇੰਗਲਿਸ਼ ਅਤੇ ਪੰਜਾਬੀ ਮਾਧਿਅਮ ਦੇ ਵਿੱਚ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਤਾਂ ਜੇ ਅਗਰ ਤੁਸੀਂ ਇੱਕ ਚਾਹੁੰਦੇ ਹੋ ਵਨ ਸਟੋਪ ਸੋਲਿਊਸ਼ਨ, ਅਗਰ ਤੁਸੀਂ ਚਾਹੁੰਦੇ ਹੋ ਕਿ ਸਾਰੀਆਂ 10 ਕਿਤਾਬਾਂ ਦੀ ਜਗ੍ਹਾ ਇੱਕ ਨੋਟਸ ਪੜ੍ਹ ਲਿੱਤੇ ਜਾਣ ਜਿਹਦੇ ਵਿੱਚ ਸਾਨੂੰ ਸਾਰੀ ਮੁਕੰਮਲ ਤਿਆਰੀ ਹੋ ਜਾਏ ਔਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਰਾਜੇ। ਤੁਸੀਂ ਅਗਰ ਇੱਕ ਐਂਡਰੋਇਡ ਫੋਨ ਯੂਜ਼ਰ ਹੋ ਤਾਂ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਡਾਊਨਲੋਡ ਕਰ ਸਕਦੇ ਹੋ, ਔਰ ਅਗਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਮਾਈ ਇੰਸਟੀਟਿਊਟ ਦੀ ਐਪ ਡਾਊਨਲੋਡ ਕਰਕੇ ਉਹਦੇ ਵਿੱਚ ORG ਕੋਡ MVWOG ਇਹ ਫਿਲ ਕਰਕੇ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਫੋਲਡਰਸ ਦਿਖਣਗੇ, ਪੰਜਾਬ PCS IAS ਪ੍ਰੀ ਦੀ ਤਿਆਰੀ, ਪੰਜਾਬ PCS IAS ਮੇਨਸ ਦੀ ਤਿਆਰੀ, ਤੁਸੀਂ ਇਹਨਾਂ ਫੋਲਡਰਸ ਦੇ ਵਿੱਚ ਜਾ ਸਕਦੇ ਹੋ। ਔਰ ਉਸ ਤੋਂ ਪਹਿਲਾਂ ਤੁਸੀਂ ਇਹ ਸਿਲੈਕਟ ਕਰ ਸਕਦੇ ਹੋ ਕਿ ਤੁਹਾਡਾ ਮੀਡੀਅਮ ਕਿਹੜਾ ਹੈ, ਪੰਜਾਬ PCS ਪੰਜਾਬੀ ਮੀਡੀਅਮ ਹੈ ਜਾਂ ਪੰਜਾਬ ISPCS ਇੰਗਲਿਸ਼ ਮੀਡੀਅਮ ਹੈ। ਸੋ ਉਸ ਆਪਣੇ ਮੀਡੀਅਮ ਦੇ ਵਿੱਚ ਜਾ ਕੇ ਤੁਸੀਂ ਐਪਲੀਕੇਸ਼ਨ ਦੇ ਵਿੱਚ ਜਾ ਕੇ ਟੌਪ ਡੈਸ਼ਬੋਰਡ ਦੇ ਵਿੱਚ ਕੰਟੈਂਟ ਨੂੰ ਕਲਿੱਕ ਕਰਕੇ ਤੁਸੀਂ ਸਾਡੀ ਕੁਛ ਵੀਡੀਓਜ਼ ਪਈਆਂ ਨੇ ਜਿਹਦੇ ਵਿੱਚ ਅਸੀਂ ਦੱਸਿਆ ਹੋਇਆ ਕਿ ਤਿਆਰੀ ਨੂੰ ਕਿਸ ਤਰ੍ਹਾਂ ਮੁਕੰਮਲ ਕਰਨਾ ਹੈ, ਕਿਸ ਤਰ੍ਹਾਂ ਹੈਂਡ ਰਿਟਨ ਨੋਟਸ ਬਣਾਉਣੇ ਨੇ, ਕੀ ਸਟ੍ਰੈਟਜੀ ਹੁੰਦੀ ਹੈ ਇਹ ਸਾਰੀ ਤਿਆਰੀ ਨੂੰ ਕੰਪਲੀਟ ਕਰਨ ਦੀ, ਤਾਂ ਤੁਸੀਂ ਉਹ ਵੀਡੀਓਜ਼ ਬਿਲਕੁਲ ਮੁਫਤ ਦੇ ਵਿੱਚ ਫ੍ਰੀ ਆਫ ਕੋਸਟ ਤੁਸੀਂ ਉਹ ਸਾਡੀ ਐਪਲੀਕੇਸ਼ਨ 'ਤੇ ਜਾ ਕੇ ਦੇਖ ਸਕਦੇ ਹੋ। ਔਰ ਮੈਂ ਤੁਹਾਨੂੰ ਦੱਸ ਦਿਆਂ, ਜਿੰਨੇ ਵੀ ਸਾਡੇ ਹੈਂਡ ਰਿਟਨ ਨੋਟਸ ਨੇ ਪਲੱਸ ਸਾਡੇ ਕਲਾਸਿਸ ਦੇ ਹੈਂਡਆਊਟਸ ਨੇ ਬਾਇਲਿੰਗੁਅਲ ਫੋਰਮ ਦੇ ਵਿੱਚ, ਉਹ ਸਾਡੇ ਟੈਲੀਗ੍ਰਾਮ ਚੈਨਲ ਮਾਸਟਰ ਕਲਾਸਿਸ ਪਟਿਆਲਾ ਦੇ ਉੱਤੇ PDF ਫੋਰਮ ਦੇ ਵਿੱਚ ਉਪਲਬਧ ਨੇ। ਪਲੱਸ ਅਗਰ ਤੁਸੀਂ ਸਾਡੇ ਵੀਡੀਓ ਲੈਕਚਰਸ ਦੀ ਕੁਆਲਿਟੀ ਨੂੰ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ YouTube ਚੈਨਲ ਮਾਸਟਰ ਕਲਾਸਿਸ ਪਟਿਆਲਾ 'ਤੇ ਜਾ ਕੇ ਡੈਫੀਨੇਟਲੀ ਸਾਡੀ ਬਹੁਤ ਸਾਰੀ ਪਲੇਲਿਸਟ ਦੇ ਵਿੱਚ ਵੀਡੀਓਜ਼ ਨੇ ਜਿਹੜੀਆਂ ਸਪੈਸ਼ਲੀ ISPCS ਦੇ ਫੋਲਡਰ ਦੇ ਵਿੱਚ ਪਈਆਂ ਨੇ, ਤੁਸੀਂ ਜਾ ਕੇ ਉਹਨਾਂ ਨੂੰ ਚੈੱਕ ਕਰ ਸਕਦੇ ਹੋ, ਕੁਆਲਿਟੀ ਚੈੱਕ ਕਰ ਸਕਦੇ ਹੋ। ਕੋਈ ਵੀ ਪਰੇਸ਼ਾਨੀ, ਕੋਈ ਵੀ ਡਾਊਟ ਲਈ ਜਾਂ ਕੋਈ ਵੀ ਗਾਈਡੈਂਸ ਲਈ ਤੁਸੀਂ ਸਾਨੂੰ ਡੈਫੀਨੇਟਲੀ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਦਿਸ ਇਜ਼ ਆਰ ਨੰਬਰ 8054-00979797। ਔਰ ਅਗਰ ਤੁਸੀਂ ਪਰਸਨਲੀ ਸਾਡੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਸਾਡਾ ਆਫਿਸ ਮਾਸਟਰ ਕਲਾਸਿਸ ਪਟਿਆਲਾ ਦਾ ਅਰਬਨ ਇਸਟੇਟ 3 ਪਟਿਆਲਾ ਸਲਾਰੀਆ ਵਿਹਾਰ ਦੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਜੀ। ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਟਾਈਮ ਫਿਕਸ ਕਰਕੇ ਮੀਟਿੰਗ ਵੀ ਕਰ ਸਕਦੇ ਹੋ, ਅਸੀਂ ਬਿਲਕੁਲ ਮੁਫਤ ਦੇ ਵਿੱਚ ਫ੍ਰੀ ਦੇ ਵਿੱਚ ਤੁਹਾਨੂੰ ਗਾਈਡ ਕਰਨ ਦੇ ਵਿੱਚ ਹੈਲਪ ਕਰਾਂਗੇ। ਸੋ ਰਾਜੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਹੈਲਪ ਕਰੇਗੀ, ਤੁਹਾਡੇ ਕੰਮ ਆਏਗੀ। ਔਰ ਅਗਰ ਕੋਈ ਵੀ ਡਾਊਟ ਹੈ, ਕੋਈ ਵੀ ਤੁਹਾਨੂੰ ਪਰੇਸ਼ਾਨੀ ਹੈ, ਦਿੱਕਤ ਹੈ ਤਿਆਰੀ ਦੇ ਵਿੱਚ, ਤੁਸੀਂ ਡੈਫੀਨੇਟਲੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਵੀਡੀਓਜ਼ ਨਾਲ ਦੀ ਜਾਣਕਾਰੀ ਲਈ ਸਾਡੇ ਚੈਨਲ ਨਾਲ ਜੁੜੇ ਰਹੋ। ਧੰਨਵਾਦ।